ਬੜੇ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸਾਡੇ ਮੁਰਸ਼ਦ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ 550 ਸਾਲ ਆਗਮਨ ਦਿਹਾੜਾ 12 ਨਵੰਬਰ 2019 ਵਿੱਚ ਆ ਰਿਹਾ, ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਜਾਗਰਤੀ ਯਾਤਰਾ ਬਿਦੜ ਤੋਂ ਚੱਲੀ ਹੋਈ ਹੈ ਕਰਨਾਟਕਾ ਤੋਂ ਬਹੁਤ ਸਮੇਂ ਪਹਿਲੇ ਤੋਂ, ਅੱਜ ਸਾਡੀ ਸਾਰੀ ਸ਼ਾਹਜਹਾਨਪੁਰ ਦੀ ਸੰਗਤ ਦੇ ਵੱਡੇ ਭਾਗ ਜੋ ਇੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਨੇ ਆਪ ਆਪਣੇ ਚਰਨ ਪਾਏ ਨੇ, ਅਤੇ ਸਾਰੀ ਸ਼ਾਹਜਹਾਨਪੁਰ ਦੀ ਸੰਗਤ ਵੱਲੋਂ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੂੰ, ਜੀ ਆਇਆਂ ਨੂੰ, ਜੋ ਬਿਦੜ ਤੋਂ ਸਾਰੀ ਹਜ਼ੂਰ ਸਾਹਿਬ ਤੋਂ ਸਾਰੀ ਟੀਮ ਆਈ ਹੈ ਉਹਨਾਂ ਨੂੰ ਵੀ ਬੜੇ ਪਿਆਰ ਦੇ ਨਾਲ ਜੀ ਆਇਆਂ ਨੂੰ, ਸ਼ਾਹਜਹਾਨਪੁਰ ਦੀ ਸਾਰੀ ਗੁਰਦੁਆਰੇ ਪ੍ਰਬੰਧਕ ਕਮੇਟੀਆਂ, ਸ਼ਾਹਜਹਾਨਪੁਰ ਦੀ ਸਾਰੀ ਸੰਗਤ, ਸ਼ਾਹਜਹਾਨਪੁਰ ਦੀ ਜਿਤਨੀ ਵੀ ਨਾਮ ਲੇਵਾ ਸੰਗਤ ਹੈਗੀ, ਸਾਰਿਆਂ ਦਾ ਤਹਿ ਦਿਲੋਂ ਸ਼ੁਕਰਾਨਾ ਵੇ। ਇੱਥੇ ਪੈਟਰੋਲ ਪੰਪ 'ਤੇ ਸਾਡੇ ਬੌਬੀ ਵੀ ਜੀ RTO ਵਾਲੇ ਔਰ ਉਹਨਾਂ ਦੀ ਸਾਰੀ ਟੀਮ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ, ਜੋ ਮਨ ਦੀ ਭਾਵਨਾ ਸੀ ਕਿ ਜਿਤਨੀ ਵੀ ਗੱਡੀਆਂ ਨੇ 8-9 ਗੱਡੀਆਂ ਜੋ ਬਿਦੜ ਤੋਂ ਆਈਆਂ ਨੇ ਉਹਦੇ ਵਿੱਚ ਡੀਜ਼ਲ ਅਤੇ ਪੈਟਰੋਲ ਦੀ ਸੇਵਾ ਹੋਏ, ਅਤੇ ਇਹ ਸਾਰੀ ਸ਼ਾਹਜਹਾਨਪੁਰ ਦੀ ਸੰਗਤ ਵੱਲੋਂ ਅਤੇ ਬੌਬੀ ਵੀ ਜੀ RTO ਵੱਲੇ ਔਰ ਸਾਰੀ ਟੀਮ ਉਹਨਾਂ ਵੱਲੋਂ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ, ਮਿੰਟੂ ਵੀ ਜੀ ਸਾਡੇ ਪ੍ਰਧਾਨ ਜੀ ਕੁਟੀਆ ਸਾਹਿਬ ਦੇ, ਅਤੇ ਇਹ ਆਪਣਾ ਗ੍ਰੰਥੀ ਸਾਹਿਬ ਜੀ, ਹੋਰ ਜਿਤਨੀ ਵੀ ਟੀਮ ਆਈ ਹੈ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ, ਬੀਬੀ ਕਮਲੇਸ਼ ਕੌਰ ਮਾਟਾ ਜੀ, ਸਿੰਘ ਸਭਾ ਗੁਰਦੁਆਰੇ ਦੇ ਪ੍ਰਧਾਨ ਜੀ, ਸਰਦਾਰ ਅਵਤਾਰ ਸਿੰਘ ਮੂੰਗਾ ਜੀ, ਰਾਮਨਗਰ ਦੇ ਪ੍ਰਧਾਨ ਜੀ, ਅਤੇ ਚੌਕ ਗੁਰਦੁਆਰੇ ਦੇ ਪ੍ਰਧਾਨ ਜੀ, ਹੋਰ ਬਾਕੀ ਜਿਤਨੇ ਜਥੇਬੰਦੀਆਂ ਨੇ ਸਾਰਿਆਂ ਨੂੰ ਗੁਰੂ ਸਾਹਿਬ ਜੀ ਕਿਰਪਾ ਕਰਨ। ਬਾਬਾ ਗੁਰਨਾਮ ਸਿੰਘ ਜੀ ਦਾ ਵੀ ਬਹੁਤ ਬਹੁਤ ਸ਼ੁਕਰਾਨਾ, ਜੋ ਬਾਬਾ ਜੀ ਨੇ ਸਾਡੇ ਵੱਲ ਇਸ਼ਾਰਾ ਕੀਤਾ ਸੀ ਆਪ ਜੀ ਇੱਧਰ ਆਓ, ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦਾ ਵੀ, ਜੋ ਬਾਬਾ ਜੀ ਦੇ ਅਸੀਸਾਂ ਦੇ ਨਾਲ ਸਾਰਾ, ਬਾਬਾ ਸੁਖਦੇਵ ਸਿੰਘ ਜੀ ਕੁਟੀਆ ਸਾਹਿਬ ਵਾਲੇ ਵੀ, ਸਾਰੇ ਗੁਰੂ ਸਾਹਿਬ ਜੀ ਕਿਰਪਾ ਕਰਨ। ਹੁਣ ਜੋ ਯਾਤਰਾ ਵੇ ਇਹ ਕੁਟੀਆ ਸਾਹਿਬ ਲਈ ਰਵਾਨਾ ਹੋ ਰਹੀ ਹੈ, ਕੱਲ੍ਹ ਇੱਧਰੋਂ ਜੋ ਆਪਣਾ ਨਿਗੋਈ ਬੀਸਲਪੁਰ ਹੁੰਦੇ ਹੋਏ ਪੀਲੀਭੀਤ, ਫਿਰ ਪੀਲੀਭੀਤ ਤੋਂ ਬਰੇਲੀ ਜਾਏਗੀ, ਫਿਰ ਉਹਦੇ ਬਾਅਦ ਨਾਨਕ ਮਤੇ ਸਾਹਿਬ ਜਾਏਗੀ। ਇਤਨੀ ਸੇਵਾ ਆਪ ਜੀ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜੋ ਗੁਰੂ ਪਿਆਰਿਓ ਰਲ ਮਿਲ ਗੁਰੂ ਦੀ ਮਹਿਮਾ ਗਾਇਆ ਏ।
दर्शन करिए गुरु दी मैं मां गायन करिए गुरता मां दे दर्शन करिए गुरु दी मैं मां गायन करिए गुरु इतिहास नु पढ़िए समझिए गुरु दी उपमा रस मिल करिए गुरु दी उपमा रस मिल करिए नानक नाम जड़ गला तेरे पाणी सरबत दा पला तेरे पाणी सरबत दा पला वाहेगुरु जी का खालसा श्री वाहेगुरु जी की फतेह। गुरु साहब का बहुत बहुत शुक्र है जेडे साडे उत्ते तरस करके ते शियापुर दी संगत नू अज साढ़े 300 साल पुराने महाराज जी दे पुरातन स्वरूप नू हस्त लिखित स्वरूप नू साडे नू दर्शन कराया है। साडी संगतां शियापुर दी संगतां बहुत बहुत शुक्र करदियां ने गुरु साहब दियां। ते इह जिहड़ा स्थान हैगा है इह संत बाबा सुखदेव सिंह जी दा तपो स्थान हैगा है। ਇੱਥੇ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿੱਤਾ ਹੈ ਸੇਵਾਵਾਂ ਵਿੱਚ ਅਤੇ ਅਸੀਂ ਬਹੁਤ ਬਹੁਤ ਸ਼ੁਕਰ ਕਰਦੇ ਹਾਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਅਤੇ ਨਾਲ ਹੀ ਜਿਹੜੇ ਵਿਦਰ ਦੀ ਜਿਹੜੀ ਪ੍ਰਬੰਧਕ ਕਮੇਟੀ ਹੈਗੀ ਹੈ ਜਿਨ੍ਹਾਂ ਨੇ ਸ਼ਿਆਮਪੁਰ ਨੂੰ ਇਹ ਮੌਕਾ ਦਿੱਤਾ ਕਿ ਗੁਰੂ ਸਾਹਿਬ ਦੀ ਸੇਵਾ ਵਿੱਚ ਹਿੱਸਾ ਪਾ ਸਕੀਏ। ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਜੀ ਆਇਆਂ ਨੂੰ ਜੋ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਆਸ਼ਰਮ ਕੁਟੀਆ ਸਾਹਿਬ ਸ਼ਹਿਜਾਨਪੁਰ ਦੀ ਸਾਰੀ ਸੰਗਤ ਸਾਰੀ ਕਮੇਟੀਆਂ ਗੁਰੂ ਸਾਹਿਬ ਜੀ ਦੀ ਕਿਰਪਾ ਜੋ ਗੁਰਦੁਆਰਾ ਨਾਨਕ ਘੇਰਾ ਸਾਹਿਬ ਤੋਂ ਸਾਰੀ ਯਾਤਰਾ ਚੱਲੀ ਹੈ ਹੁਣ ਇੱਥੋਂ ਰਵਾਨਗੀ ਹੋ ਰਹੀ ਹੈ ਅਤੇ ਹੁਣ ਬਾਬਾ ਜੀ ਦੀ ਕਿਰਪਾ ਦੇ ਨਾਲ ਆਪਣਾ ਪੁਆਇਆ ਅਤੇ ਜਿਵੇਂ ਆਪ ਜੀ ਨੂੰ ਸਾਰਾ ਰੂਟ ਦੱਸ ਦਿੱਤਾ ਉਹ ਰੂਟ ਤੋਂ ਹੁੰਦੀ ਹੋਈ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਰਾਤੀ ਬਰੇਲੀ ਪਹੁੰਚੇਗੀ। ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਪਿਆਰ ਦੇ ਨਾਲ ਜੀ ਆਇਆਂ ਨੂੰ ਅੰਮ੍ਰਿਤ ਕੁੰਡ ਗੁਰ ਬਖਸ਼ਿਸ਼ ਨਾ ਕਰਦਾਏ ਨੇ ਸੰਗਤਾਂ ਲਈ ਮਿੱਠੇ ਜਾਂਦੇ ਚਰਨੇ ਵਾਹਿਗੁਰੂ ਆਪ ਚਲਾਏ ਨੇ ਵਾਹਿਗੁਰੂ 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 ਸਫਲ ਯਾਤਰਾ ਗੁਰ ਸਾਮਾ ਦੀ ਗੁਰੂ ਅਸੀਸ ਨਾਲ ਜਾਈਏ ਆਜੋ ਗੁਰੂ ਪਿਆਰਿਓ ਰਲ ਮਿਲ ਗੁਰੂ ਦੀ ਮਹਿਮਾ ਗਾਈਏ ਪਲਾ।
दर्शन करिए, गुरु दी में मां गायन करिए, गुरुता मां दे दर्शन करिए, गुरु दी में मां गायन करिए, गुरु इतिहास पढ़िए समझिए, गुरु दी उपमा रस मिल करिए, गुरु दी उपमा रस मिल करिए, धन गुरु नानक वाहे गुरु, 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 नानक चीरे गुरु साहिबा पाग लाएंगे, बिगड़ती धरती नानक चीरे गुरु साहिबा पाग लाएंगे, इस स्थान के अमर